ਤੁਸੀਂ ਸਾਡੇ ਯੂਟਿਊਬ ਚੈਨਲ MH1 ਹੈਪੀ ਸ਼ੇਰ ਨੂੰ ਸਬਸਕ੍ਰਾਈਬ ਕਰਤਾ ਘੰਟੀ ਘੰਟੀ ਵਜਾਤੀ, ਨੋਟੀਫਿਕੇਸ਼ਨ ਦਾ ਭੇਜੋ। ਮੈਂ ਮੰਮੀ ਇਲੈਕਸ਼ਨ ਕਮਿਸ਼ਨ ਕੋਲ ਤੁਹਾਡੀ ਸ਼ਿਕਾਇਤ ਕੀਤੀ ਹੈ ਕਿ ਇਲੈਕਸ਼ਨ ਦੌਰਾਨ ਤੁਸੀਂ ਮੈਨੂੰ ਕੁੱਤਾ ਕਿਹਾ। ਹਾਂ ਤੇ ਫਿਰ ਕੁੱਤੇ ਨੂੰ ਕੁੱਤਾ ਹੀ ਕਹਾਂਗੇ, ਬਾਂਦਰ ਥੋੜੀ ਕਹਾਂਗੇ। 10 ਦਿਨ ਹੋ ਗਏ ਸ਼ਿਕਾਇਤ ਕੀਤੀ ਨੂੰ, ਹਲੇ ਤੱਕ ਮੰਮੀ ਇਲੈਕਸ਼ਨ ਕਮਿਸ਼ਨ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਹੈਂ, ਤੈਨੂੰ ਤਾਂ ਜਵਾਬ ਹੀ ਆ ਹੁਣ, ਮਦਰਸ ਡੇ ਵਾਲੇ ਦਿਨ ਮੈਨੂੰ ਤਾਂ ਕਲੀਨ ਚਿੱਟ ਦੇ ਦਿੱਤੀ। ਆ ਹੁਣ ਆਈ ਆ ਮੇਲ। ਸ਼ੇਰੂ ਜੀ, ਜੋ ਤੁਸੀਂ ਹੈਪੀ ਸਿੰਘ ਜੀ ਤੇ ਇਲੈਕਸ਼ਨ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ ਲਾਇਆ ਹੈ ਉਹ ਬਿਲਕੁਲ ਗੈਰ ਵਾਜਬ ਹੈ। ਤੁਸੀਂ ਕੁੱਤੇ ਹੀ ਹੋ, ਇਸ ਲਈ ਹੈਪੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ। ਬਸ ਹੋ ਗਈ ਤਸੱਲੀ। ਮੰਮੀ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਲੈਟਰ ਵੀ ਆ ਗਿਆ। ਕੀ ਲਿਖਿਆ ਲੈਟਰ ਚ? ਹੈਂ, ਇਹਦੇ ਚ ਲਿਖਿਆ, ਹੈਪੀ ਪੁੱਤ ਤੇਰੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ, ਬਚ ਕੇ ਰਹੀ, ਮੈਂ ਕਦੋਂ ਤੱਕ ਤੈਨੂੰ ਕਲੀਨ ਚਿੱਟਾਂ ਦਿੰਦੀ ਰਹੂੰਗੀ, ਹੈਪੀ ਮਦਰਸ ਡੇ। ਆ ਨਾਲ ਜਿਹੜੇ ਦੋ ਪੇਪਰ ਅਟੈਚ ਨੇ ਉਹ ਵੀ ਪੜੋ। ਹੈਂ, ਕੰਜਰਾ ਪੇਪਰ ਨਹੀਂ ਹੈਗੇ, ਐਡਵਾਂਸ ਕਲੀਨ ਚਿੱਟਾਂ ਨੇ। Thanks for watching. ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ। ਹੈਂ।